ਇਹ ਬਲਾਤਕਾਰੀ ਦੀ ਤਾਂ ਤੁਹਾਨੂੰ ਪਤਾ ਕੋਈ ਜ਼ਬਾਨ ਹੀ ਹੈ ਨਹੀਂ, ਇਹ ਤਾਂ ਥਾਲੀ ਦਾ ਬੈਂਗਣ ਅਤੇ ਬਹੁਤ ਘਟੀਆ ਅਤੇ ਗੈਰਤਮੰਦ ਬੰਦਾ। ਅਤੇ ਆਪਦੇ ਭਰਾ ਦਾ ਵੀ ਇੱਕ ਦਿਨ ਮਜ਼ਾਕ ਉਡਾਈ ਜਾਂਦਾ ਸੀ ਪੰਮੇ ਦਾ, ਵੀ ਉਹ ਵੀ ਫੁੱਟੂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਜਿੰਮ ਜੁੰਮ ਲਾ ਕੇ ਸਵੇਰੇ ਫਿਰ ਗਿਆ ਸੀ ਸੌ। ਇੱਕ ਦੋ ਪੱਤਰਕਾਰਾਂ ਨੇ ਖਬਰ ਚਲਾਈ ਕਿ ਪ੍ਰਿੰਕਲ ਦੇ ਸਾਰੇ ਕੇਸ ਨਿਬੜ ਗਏ, ਉਹ ਬਲਾਤਕਾਰੀ ਆ ਸਿਮਰਜੀਤ ਬੈਂਸ ਉਹਦੇ ਨਾਲ। ਮੈਨੂੰ ਕਿ ਤੁਹਾਨੂੰ ਕਿਸੇ ਨੂੰ ਸਫਾਈ ਦੇਣ ਦੀ ਲੋੜ ਨਹੀਂ ਹੈ। ਉਹ ਜਿਹੜੀ ਆਡੀਓ ਹੈ ਉਹ ਇੱਕ ਸਾਲ ਪੁਰਾਣੀ ਹੈ। ਇਹੀ ਤਾਂ ਮੈਂ ਦੱਸਣਾ ਸੀ ਤੁਹਾਨੂੰ ਕਿ ਇਹ ਬੰਦੇ ਦੀ ਕੋਈ ਜ਼ਬਾਨ ਨਹੀਂ ਹੈ, ਇਹ ਬਹੁਤ ਘਟੀਆ ਅਤੇ ਗੈਰਤਮੰਦ ਬੰਦਾ। ਇਹ ਆਪਣੀ ਜ਼ਬਾਨ ਕਰਕੇ ਇੱਦਾਂ ਹੀ ਮੇਰੇ ਤਰਲੇ ਕੱਢ ਕੇ ਮਿੰਤਾ ਮੁੰਤਾ ਕਰਕੇ ਆਪਣੇ ਮੁੰਡੇ ਦੀ ਜ਼ਮਾਨਤ ਕਰਾਉਣ ਤੋਂ ਬਾਅਦ ਫਿਰ ਕੋਈ ਇਹ ਖੇਡ ਖੇਡਣ ਲੱਗਾ ਸੀ ਦੁਬਾਰਾ, ਫਿਰ ਖੇਡ ਦੀਆਂ ਮੁੱਕਰ ਗਿਆ ਦੁਬਾਰਾ। ਮੇਰੇ ਕੋਲ ਇੱਕ ਵੀਡੀਓ ਹੈ, ਬੜੇ ਵੱਡੇ ਲੀਡਰ ਦੇ ਘਰ ਆਪਾਂ ਬੈਠੇ ਹਾਂ। ਉਹ ਵੀ ਮੇਰੀ ਮਜਬੂਰੀ ਸੀ ਕਿਉਂਕਿ ਮੈਨੂੰ ਇਹਨਾਂ ਦੇ ਪਹਿਲੇ ਹੀ ਸ਼ੱਕ ਸੀ। ਜਿਹੜੇ ਮਿਸਟਰ ਕਮਲਜੀਤ ਸਿੰਘ ਕੜਵਲ ਨੇ ਉਹਨਾਂ ਦਾ ਵੀ ਕੀ ਕਿਰਦਾਰ ਹੈ, ਤੁਸੀਂ ਤਾਂ ਹਾਲੇ ਪਰਲਾ ਪਾਸਾ ਦੇਖਿਆ, ਅੰਦਰਲਾ ਪਾਸਾ ਤੁਹਾਨੂੰ ਮੈਂ ਦਿਖਾਊਂਗਾ ਕਿ ਉਹ ਸਟੇਜਾਂ 'ਤੇ ਕੀ ਬੋਲਦੇ ਆ, ਵਿੱਚੋਂ ਕੀ ਨੇ। ਅਤੇ ਇਹ ਬਲਾਤਕਾਰੀ ਦੀ ਤਾਂ ਤੁਹਾਨੂੰ ਪਤਾ ਕੋਈ ਜ਼ਬਾਨ ਹੀ ਹੈ ਨਹੀਂ, ਇਹ ਤਾਂ ਥਾਲੀ ਦਾ ਬੈਂਗਣ ਹੈ। ਕਦੀ ਐਂ ਅਤੇ ਕਦੀ ਐਂ, ਤੁਸੀਂ ਦੇਖਿਆ ਹੀ ਹੈ ਉਹ ਆਡੀਓ ਦੇ ਵਿੱਚ ਇਹ ਕਿੱਦਾਂ ਆਪਦੇ ਬੰਦਿਆਂ ਦਾ ਮਜ਼ਾਕ ਉਡਾਈ ਜਾਂਦਾ, ਵੀ ਹੱਸੀ ਜਾਂਦਾ ਵੀ ਪਾਣੀ ਵਾਲੀ ਟੈਂਕੀ 'ਚ ਵੜ ਕੇ। ਇਹ ਆਪਦੇ ਭਰਾ ਦਾ ਵੀ ਇੱਕ ਦਿਨ ਮਜ਼ਾਕ ਉਡਾਈ ਜਾਂਦਾ ਸੀ ਪੰਮੇ ਦਾ, ਵੀ ਉਹ ਵੀ ਫੁੱਦੂ ਹੈ, ਇਹਦਾ ਕੋਈ ਭਰੋਸਾ ਨਹੀਂ ਹੈਗਾ ਭਾਈ। ਅਤੇ ਮੈਂ ਕੁਛ ਗੱਲਾਂ ਇੱਥੇ ਸੋਸ਼ਲ ਮੀਡੀਆ 'ਤੇ ਨਹੀਂ ਬੋਲਣੀਆਂ, ਇਹਨਾਂ ਦਾ ਕਿਰਦਾਰ ਦੋਨਾਂ ਦਾ ਇੱਕੋ ਜਿਹਾ। ਐਵੇਂ ਮੇਰੇ ਕੋਈ ਵੱਧ ਘੱਟ ਨਾ ਬੋਲਿਆ ਜਾਵੇ, ਆਪਾਂ ਸੋਸ਼ਲ ਮੀਡੀਆ ਦੀ ਮਰਿਆਦਾ ਰੱਖਣੀ ਆ। ਆਉਣ ਵਾਲੇ ਥੋੜ੍ਹੇ ਦਿਨਾਂ ਦੇ ਵਿੱਚ ਮੈਂ ਤੁਹਾਡੇ ਨਾਲ ਇਲੈਕਸ਼ਨ ਦੇ ਨੇੜੇ ਤੇੜੇ ਜਿਹੜਾ ਮਟੀਰੀਅਲ ਮੇਰੇ ਕੋਲ ਰਹਿ ਗਿਆ ਉਹ ਵੀ ਛੱਡ ਦੇਣਾ ਸਾਰਾ। ਹਾਲੇ ਤਾਂ ਮੈਂ ਅਤੇ ਬਾਕੀ ਰਹੀ ਕਿਸੇ ਨੂੰ ਜੇ ਕੋਈ ਵਹਿਮ ਹੈ ਵੀ ਇਹਦਾ ਕੋਈ ਰਾਜ਼ੀਨਾਮਾ ਹੋ ਗਿਆ ਜਾਂ ਇੱਦਾਂ ਹੋ ਗਿਆ, ਤੁਸੀਂ ਆਪਦਾ ਇੱਥੇ ਕੋਰਟ ਦੇ ਵਿੱਚ ਚੈੱਕ ਕਰ ਸਕਦੇ ਹੋ ਵੀ ਜਿਹੜੇ 307 ਵਾਲੇ ਕੇਸ 'ਚ ਮੈਂ ਇਹਦੇ ਮੁੰਡੇ ਦੀ ਬੇਲ ਕੈਂਸਲੇਸ਼ਨ ਪਾਈ ਹੋਈ ਹੈ, ਪਤਾ ਨਹੀਂ 17 ਕਿ 18 ਤਰੀਕ ਆ, ਉੱਥੇ ਜਾ ਕੇ ਗੱਲ ਕਰਾਂਗੇ। ਨਿਹਾਇਤੀ ਘਟੀਆ ਬੰਦਾ ਹੈ, ਇੱਦੂ ਘਟੀਆ ਬੰਦਾ ਸੰਸਾਰ 'ਚ ਹੈ ਹੀ ਨਹੀਂ। ਅਤੇ ਜਿਹੜੇ ਵਿੱਚ ਮੈਂ ਕਿਸੇ ਨੂੰ ਗਲਤ ਨਹੀਂ ਕਹਿੰਦਾ, ਮੈਂ ਤਾਂ ਨਾਮ ਲੈ ਕੇ ਪਹਿਲੇ ਵੀ ਗੱਲ ਕੀਤੀ ਸੀ ਵੀ ਦੇਬੀ ਭਾਜੀ ਹਰਾਂ ਨੇ ਸਾਡਾ ਫੈਸਲਾ ਕਰਾਇਆ ਸੀ, ਉਹ ਆਪਣੇ ਸਟੈਂਡ 'ਤੇ ਅੱਜ ਵੀ ਖੜ੍ਹੇ ਨੇ। ਉਹਨਾਂ ਨੂੰ ਵੀ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ, 4 ਦਿਨ 5 ਦਿਨ 10 ਦਿਨ 5 ਦਿਨ ਕਰਦੇ ਆ, ਮਹੀਨਾ ਹੋ ਗਿਆ। ਅਤੇ ਮੈਂ ਤਾਂ ਚੁੱਪ ਬੈਠਾ, ਕੋਈ ਚੱਕਰ ਹੀ ਨਹੀਂ ਹੈਗਾ। ਅਤੇ
ਆਪਾਂ ਪਹਿਲੇ ਵੀ ਕਈਆਂ ਦੇ ਵਹਿਮ ਕੱਢੇ ਆ, ਆਪਾਂ ਨਹੀਂ ਕੱਢੇ, ਉਹ ਪਰਮਾਤਮਾ ਨੇ ਕੱਢੇ ਆ ਕਈਆਂ ਦੇ ਵਹਿਮ, ਇਹਨਾਂ ਦੇ ਵੀ ਕੱਢ ਦਿਆਂਗੇ। ਪਰਮਾਤਮਾ ਨੇ ਚਾਹਿਆ ਫੱਟੇ 'ਚ ਕਿੱਲ ਵਾਂਗੂ ਕੱਢ ਦਿਆਂਗੇ ਦੁਬਾਰਾ, ਕੋਈ ਚੱਕਰ ਹੀ ਨਹੀਂ ਹੈਗਾ। ਸੋ ਕੋਈ ਰਾਜੀਨਾਮਾ ਨਹੀਂ ਇਹਨਾਂ ਬਲਾਤਕਾਰੀਆਂ ਨਾਲ। ਮਿਸਟਰ ਕੜਬਲ ਵੀ ਇਹਨਾਂ ਦੀ ਕੈਟਾਗਰੀ 'ਚ ਸ਼ਾਮਿਲ ਆ। ਜਦੋਂ ਉਹਦੇ ਮਾਂ ਪਿਓ ਜਾਂ ਬੱਚਿਆਂ 'ਤੇ ਕਿਸੇ 'ਤੇ ਪਰਚਾ ਆਇਆ, ਫਿਰ ਉਹਨੂੰ ਮੈਂ ਪੁੱਛੂੰਗਾ ਵੀ ਸਾਡੀ ਵਾਰੀ ਦਾ ਤੂੰ ਫੋਨ ਬੰਦ ਕਰ ਲੈਂਦਾ ਸੀ, ਜਾਂ ਤੂੰ ਸੰਦੀਪ ਹਰਾਂ ਵੀਰ ਹਰਾਂ ਹੱਥ ਮੈਸੇਜ ਭੇਜ ਦਿੰਦਾ ਸੀ ਵੀ ਮੈਂ ਤਾਂ ਗਵਾਹੀ ਦਊਂਗਾ, ਫਿਰ ਸਵੇਰੇ ਫੋਨ ਬੰਦ ਕਰ ਲੈਂਦਾ ਸੀ। ਭਰਾਵਾ ਤੇਰਾ ਸਟੈਂਡ ਕੀ ਹੈ, ਦੱਸਤਾ ਦੇ, ਤੂੰ ਹੈ ਕੀ ਚੀਜ਼ ਹੈ, ਕਿਹੜੀ ਮਿੱਟੀ ਦਾ ਬਣਿਆ, ਤੂੰ BJP 'ਚ ਕਿਉਂ ਗਿਆ, ਤੈਨੂੰ ਡਰ ਕਾਹਦਾ ਲੱਗਦਾ, ਦੱਸਤਾ ਦੇ। ਬਾਕੀ ਗੱਲਾਂ ਨੈਕਸਟ ਵੀਡੀਓ 'ਚ। ਥੈਂਕ ਯੂ।